ਅੱਜ ਗੱਲ ਕਰਾਂਗੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ, ਕਿਵੇਂ ਸਰਸਾ ਨਦੀ ਦੇ ਕਿਨਾਰੇ ਵਿਛੋੜਾ ਪੈ ਗਿਆ। ਜਦ ਅਸੀਂ ਇਤਿਹਾਸ ਪੜ੍ਹਦੇ ਹਾਂ ਤਾਂ ਅਨੰਦਪੁਰ ਦਾ ਕਿਲਾ ਛੱਡਣ ਤੋਂ ਬਾਅਦ ਸਿੱਧਾ ਜ਼ਿਕਰ ਆਉਂਦਾ ਹੈ ਕਿ ਸਰਸਾ ਨਦੀ ਦੇ ਕਿਨਾਰੇ ਗੁਰੂ ਸਾਹਿਬ ਦਾ ਪਰਿਵਾਰ ਵਿਛੜ ਗਿਆ। ਪਰ ਅਨੰਦਪੁਰ ਤੋਂ ਸਰਸਾ ਤੱਕ ਦੀ ਉਹ ਰਾਤ ਬਹੁਤ ਲੰਬੀ ਰਾਤ ਸੀ, ਬਹੁਤ ਕਾਲੀ ਰਾਤ ਸੀ। ਉਹ ਕਿਵੇਂ ਬਾਦਸ਼ਾਹਾਂ ਦਾ ਬਾਦਸ਼ਾਹ ਪੂਰੀ ਰਾਤ ਆਪਣੇ ਪਰਿਵਾਰ ਨਾਲ ਉਹ ਕੱਚੇ ਰਾਹਾਂ ਅਤੇ ਕੰਢਿਆਂ ਵਿੱਚ ਦੀ ਤੁਰਿਆ ਗਿਆ, ਕਿਵੇਂ ਆਪਣਾ ਪਿਆਰਾ ਨਗਰ ਅਨੰਦਪੁਰ ਛੱਡਿਆ। ਉਹ ਅਨੰਦਪੁਰ ਜਿੱਥੇ ਗੁਰੂ ਸਾਹਿਬ ਨੇ ਆਪਣੀ ਜ਼ਿੰਦਗੀ ਦੇ 30 ਸਾਲ ਬਿਤਾਏ, ਜਿੱਥੇ ਤਿੰਨ ਸਾਹਿਬਜ਼ਾਦਿਆਂ ਦਾ ਜਨਮ ਹੋਇਆ, ਜਿੱਥੇ ਗੁਰੂ ਸਾਹਿਬ ਦੇ ਪਿਤਾ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦਾ ਸੰਸਕਾਰ ਆਪਣੇ ਹੱਥੀ 9 ਸਾਲ ਦੇ ਗੋਬਿੰਦ ਰਾਏ ਨੇ ਕੀਤਾ। ਵੀਡੀਓ ਦੇ ਲਾਸਟ 'ਤੇ ਤੁਹਾਨੂੰ ਉਹ ਅਨਮੋਲ ਖਜ਼ਾਨੇ ਦੇ ਦਰਸ਼ਨ ਵੀ ਕਰਾਵਾਂਗੇ। ਜਦ ਸਰਸਾ ਨਦੀ ਦੇ ਕਿਨਾਰੇ ਦੀ ਖੁਦਵਾਈ ਹੋਈ ਸੀ ਤਾਂ ਸਿੰਘਾਂ ਦੇ ਉਹ ਸ਼ਸਤਰ ਜ਼ਮੀਨ ਹੇਠੋਂ ਨਿਕਲੇ ਸੀ। ਹੋ ਸਕਦਾ ਗੁਰੂ ਸਾਹਿਬ ਨੇ ਆਪਣੇ ਕਰ ਕਮਲਾਂ ਨਾਲ ਉਹ ਸ਼ਸਤਰ ਛੂਹੇ ਹੋਣ, ਹੋ ਸਕਦਾ ਉਹ ਕਿਰਪਾਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੇ ਉਸ ਦਿਨ ਫੜੀ ਹੋਵੇ ਅਤੇ ਉਹਦੇ ਨਾਲ ਕਿੰਨੇ ਹੀ ਮੁਗਲਾਂ ਦੇ ਗਾਟੇ ਲਾਹੇ ਹੋਣ, ਹੋ ਸਕਦਾ ਉਹ ਗੜਬਾ ਮਾਤਾ ਗੁਜਰ ਕੌਰ ਜੀ ਦੇ ਹੱਥ 'ਚ ਫੜਿਆ ਹੋਵੇ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਉਹਦੇ ਨਾਲ ਜਲ ਛਕਾਇਆ ਹੋਵੇ। ਗੁਰੂ ਸਾਹਿਬ ਨੇ ਜਦੋਂ ਅਨੰਦਪੁਰ ਦਾ ਕਿਲਾ ਛੱਡਿਆ ਤਾਂ ਉਸ ਸਮੇਂ ਉਹਨਾਂ ਨਾਲ ਪਰਿਵਾਰ ਅਤੇ 500 ਸਿੰਘਾਂ ਦਾ ਜਥਾ ਸੀ। ਵੈਸੇ ਇਹ 500 ਸਿੰਘਾਂ ਨੂੰ ਵੀ ਪਰਿਵਾਰ ਹੀ ਕਹਿਣਾ ਸਹੀ ਰਹੇਗਾ, ਕਿਉਂਕਿ 8 ਮਹੀਨਿਆਂ ਦੇ ਘੇਰੇ 'ਚ ਇਹ ਉਹ ਸਿੰਘ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਸਾਥ ਨਹੀਂ ਛੱਡਿਆ। ਖਾਣ ਨੂੰ ਰੋਟੀ ਨਹੀਂ ਮਿਲੀ, ਪੀਣ ਨੂੰ ਪਾਣੀ ਨਹੀਂ ਮਿਲਿਆ, ਦਰਖਤਾਂ ਦੇ ਪੱਤੇ ਖਾ ਖਾ ਕੇ ਗੁਜ਼ਾਰਾ ਕੀਤਾ, ਫਿਰ ਵੀ ਗੁਰੂ ਸਾਹਿਬ ਦੇ ਨਾਲ ਡਟੇ ਰਹੇ। ਇਹ ਉਹ ਸਿੰਘ ਨੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਮੁਗਲਾਂ ਦੇ ਰਾਹ ਰੋਕੇ। ਇਹ ਉਹ ਸਿੰਘ ਨੇ ਜਿਨ੍ਹਾਂ 'ਚੋਂ ਬਹੁਤਿਆਂ ਦੇ ਨਾਮ ਸਾਨੂੰ ਪਤਾ ਹੀ ਨਹੀਂ ਹੋਣੇ, ਕਿੰਨੇ ਬੱਚੇ, ਬਜ਼ੁਰਗ, ਬੀਬੀਆਂ, ਕਿੰਨੇ ਯੋਧੇ ਜਰਨੈਲ ਉਸ ਰਾਤ ਨੇ ਨਿਗਲ ਲਏ ਅਤੇ ਇਤਿਹਾਸ ਦੇ ਪੰਨਿਆਂ 'ਚ ਉਹਨਾਂ ਦਾ ਜ਼ਿਕਰ ਹੀ ਨਹੀਂ ਹੋਇਆ। ਇਹ ਵੀ ਗੁਰੂ ਸਾਹਿਬ ਦਾ ਪਰਿਵਾਰ ਹੀ ਸੀ। ਅਨੰਦਪੁਰ ਦਾ ਜਦੋਂ ਕਿਲਾ ਛੱਡਿਆ, ਸਰਸਾ ਨਦੀ ਦੇ ਕਿਨਾਰੇ ਤੋਂ ਪਹਿਲਾਂ ਕੀ ਹੋਇਆ? ਉਹ ਇੱਕ ਰਾਤ ਦਾ ਸਫ਼ਰ ਕਿੰਨਾ ਲੰਮਾ ਸਫ਼ਰ ਸੀ? ਕਿਵੇਂ ਬਾਦਸ਼ਾਹਾਂ ਦਾ ਬਾਦਸ਼ਾਹ ਪੋਹ ਦੀਆਂ ਠਰਦੀਆਂ ਰਾਤਾਂ 'ਚ ਕੱਚੇ ਰਾਹਾਂ 'ਤੇ ਤੁਰਿਆ ਜਾ ਰਿਹਾ ਸੀ? ਗੁਰੂ ਸਾਹਿਬ ਦੀਆਂ ਅੱਖਾਂ ਦੇ ਤਾਰੇ ਚਾਰੋ ਸਾਹਿਬਜ਼ਾਦੇ ਕਿਵੇਂ ਭੁੱਖੇ ਪਿਆਸੇ ਜੰਗਲਾਂ ਬੇਲਿਆਂ ਵਿੱਚ ਦੀ ਤੁਰੇ ਜਾ ਰਹੇ ਸੀ? ਗੁਰੂ ਸਾਹਿਬ ਦਾ ਕਾਫਲਾ ਅਨੰਦਪੁਰ ਤੋਂ ਕੀਰਤਪੁਰ ਵੱਲ ਨੂੰ ਰਵਾਨਾ ਹੋ ਗਿਆ। ਸਭ ਤੋਂ ਅੱਗੇ ਗੁਰੂ ਸਾਹਿਬ ਅਗਵਾਈ ਕਰ ਰਹੇ ਸੀ, ਉਹਨਾਂ ਦੇ ਨਾਲ ਹੋਰ ਯੋਧੇ ਜਰਨੈਲ ਸੀ, ਉਸ ਤੋਂ ਬਾਅਦ ਸੀ ਬੀਬੀਆਂ, ਬਜ਼ੁਰਗ ਅਤੇ ਬੱਚੇ, ਜਿਨ੍ਹਾਂ ਨੂੰ ਵਿਚਕਾਰ ਸੁਰੱਖਿਅਤ ਰੱਖਿਆ ਹੋਇਆ ਸੀ, ਜਿਨ੍ਹਾਂ ਦੇ ਆਲੇ ਦੁਆਲੇ ਦੋਨੋਂ ਸਾਈਡਾਂ 'ਤੇ ਸ਼ਸਤਰਧਾਰੀ ਸਿੱਖ ਸੀਗੇ। ਉਸ ਤੋਂ ਬਾਅਦ ਤੀਜਾ ਜਥਾ ਸੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਅਤੇ ਉਹਨਾਂ ਦੇ ਨਾਲ ਸੀਗੇ ਹੋਰ ਸਿੱਖ। ਉਸ ਤੋਂ ਪਿੱਛੇ ਖੱਚਰਾਂ 'ਤੇ ਲੱਦਿਆ ਹੋਇਆ ਸੀ ਸਿੰਘਾਂ ਦਾ ਸਮਾਨ। ਉਹ ਰਾਤ ਬਹੁਤ ਹੀ ਕਾਲੀ ਬੋਲੀ ਰਾਤ ਸੀ, ਕੋਈ ਵੀ ਇੱਕ ਦੂਜੇ ਨਾਲ ਗੱਲਬਾਤ ਨਹੀਂ ਕਰ ਰਿਹਾ ਸੀ। ਰਾਤ ਦਾ ਹਨੇਰਾ ਜਿਵੇਂ ਕੰਨਾਂ ਨੂੰ ਖਾ ਰਿਹਾ ਹੋਵੇ ਸਭ ਦੇ। ਆਨੰਦਾਂ ਦੀ ਪੁਰੀ ਅਨੰਦਪੁਰ ਸਾਹਿਬ ਅੱਖਾਂ ਤੋਂ ਓਹਲੇ ਹੁੰਦਾ ਜਾ ਰਿਹਾ ਸੀ। ਕੀਰਤਪੁਰ ਪਹੁੰਚਣ ਤੋਂ ਬਾਅਦ ਜਦ ਨਿਰਮੋਹਗੜ੍ਹ ਦੇ ਨੇੜੇ ਪਹੁੰਚਿਆ ਗੁਰੂ ਸਾਹਿਬ ਦਾ ਕਾਫਲਾ, ਤਾਂ ਕਸਮਾਂ ਤੋੜ ਕੇ ਪਹਾੜੀ ਰਾਜੇ ਅਤੇ ਮੁਗਲਾਂ ਨੇ ਹਮਲਾ ਕਰ ਦਿੱਤਾ। ਗੁਰੂ ਸਾਹਿਬ ਨੂੰ ਤਾਂ ਇਹਨਾਂ ਦੇ ਇਮਾਨ 'ਤੇ ਪਹਿਲਾਂ ਹੀ ਸ਼ੱਕ ਸੀ। ਗੁਰੂ ਸਾਹਿਬ ਕਦੇ ਵੀ ਅਨੰਦਪੁਰ ਦਾ ਕਿਲਾ ਛੱਡਣਾ ਨਹੀਂ ਚਾਹੁੰਦੇ ਸੀ। ਵਾਰ ਵਾਰ ਸਿੰਘਾਂ ਦੀ ਅਰਦਾਸ ਅਤੇ ਇਹਨਾਂ ਦੀਆਂ ਖਾਧੀਆਂ ਹੋਈਆਂ ਝੂਠੀਆਂ ਕਸਮਾਂ ਤੋਂ ਬਾਅਦ ਗੁਰੂ ਸਾਹਿਬ ਨੇ ਅਨੰਦਪੁਰ ਦਾ ਕਿਲਾ ਛੱਡਿਆ।
ਗੁਰੂ ਸਾਹਿਬ ਨੇ ਆਨੰਦਪੁਰ ਦਾ ਕਿਲ੍ਹਾ ਛੱਡਣ ਤੋਂ ਪਹਿਲਾਂ ਆਪਣੇ ਸਿੱਖਾਂ ਨੂੰ ਕਿਹਾ ਸੀ ਕਿ ਬੁਰੀ ਹੋਤ ਤੁਮਰੇ ਸਿਰ ਭਾਈ, ਕਿ ਅਸੀਂ ਕਿਲ੍ਹਾ ਨਹੀਂ ਛੱਡਣਾ ਚਾਹੁੰਦੇ, ਸਾਡੇ ਕਹਿਣ 'ਤੇ ਥੋੜ੍ਹਾ ਟਾਈਮ ਹੋਰ ਰੁਕ ਜਾਓ, ਇਹ ਮੁਗਲ ਆਪਣੇ ਆਪ ਹੀ ਘਰਾਂ ਨੂੰ ਮੁੜ ਜਾਣਗੇ। ਗੁਰੂ ਸਾਹਿਬ ਕਹਿ ਰਹੇ ਸੀ ਕਿ ਹੁਣ ਅਸੀਂ ਤੁਹਾਡੇ ਕਹਿਣ 'ਤੇ ਜਾ ਰਹੇ ਹਾਂ ਕਿ ਜੋ ਵੀ ਬੁਰਾ ਹੋਏਗਾ ਉਹਦੀ ਜ਼ਿੰਮੇਵਾਰੀ ਸਾਡੀ ਨਹੀਂ ਹੋਏਗੀ। ਉਹਨਾਂ ਨੂੰ ਪਤਾ ਸੀਗਾ ਕਿ ਇਹ ਮੱਕਾਰ ਨੇ, ਇਹ ਸੌਹਾਂ ਖਾ ਕੇ ਮੁੱਕਰਨਗੇ। ਉਹੀ ਗੱਲ ਹੋਈ, ਨਰਮੋਹਗੜ੍ਹ ਪਹੁੰਚਦਿਆਂ ਹੀ ਅਲੀ ਅਲੀ ਦੇ ਨਾਰੇ ਗੂੰਜਣ ਲੱਗੇ। ਸ਼ਾਂਤ ਤੁਰੇ ਜਾ ਰਹੇ ਗੁਰੂ ਸਾਹਿਬ ਦੇ ਕਾਫਲੇ 'ਚ ਇੱਕੋ ਦਮ ਹਲਚਲ ਪੈਦਾ ਹੋ ਗਈ। ਪਰ ਗੁਰੂ ਸਾਹਿਬ ਦਾ ਹੁਕਮ ਸੀ ਕਿ ਵਹੀਰ ਨੂੰ ਰੁਕਣ ਨਹੀਂ ਦੇਣਾ। ਭਾਈ ਉਦੇ ਸਿੰਘ ਦੀ ਜ਼ਿੰਮੇਵਾਰੀ ਫਿਰ ਗੁਰੂ ਸਾਹਿਬ ਲਾਉਂਦੇ ਨੇ ਕਿ ਤੁਸੀਂ ਆਪਣੇ ਜਥੇ ਨਾਲ ਜਾਓ ਅਤੇ ਮੁਗਲਾਂ ਨੂੰ ਰੋਕ ਕੇ ਰੱਖੋ। ਭਾਈ ਉਦੇ ਸਿੰਘ ਕੇਸਰੀ ਚੰਦ ਦਾ ਸਿਰ ਵੱਢ ਕੇ ਲਿਆਉਣ ਵਾਲਾ ਯੋਧਾ ਜਰਨੈਲ, ਫਿਰ ਉਹ ਆਪਣੇ ਜਥੇ ਨਾਲ ਜਾਂਦੇ ਨੇ ਅਤੇ ਮੁਗਲਾਂ ਦਾ ਰਾਹ ਰੋਕਦੇ ਨੇ। ਮੁਗਲਾਂ ਨੂੰ ਇੱਥੇ ਇੱਕ ਹੋਰ ਵੀ ਭੁਲੇਖਾ ਪਿਆ ਸੀ, ਕਿਉਂਕਿ ਇਤਿਹਾਸ 'ਚ ਇਹ ਲਿਖਿਆ ਮਿਲਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਉਦੇ ਸਿੰਘ ਜੀ ਨੂੰ ਆਪਣਾ ਬਾਣਾ ਪਹਿਨਾਇਆ ਹੋਇਆ ਸੀ। ਹੁਣ ਇਹ ਵੀ ਇੱਕ ਸਟ੍ਰੈਟਜੀ ਹੋ ਸਕਦੀ ਆ ਗੁਰੂ ਸਾਹਿਬ ਦੀ। ਇਹ ਜ਼ਿਕਰ ਆਪਾਂ ਨੂੰ ਕਈ ਜਗ੍ਹਾ ਮਿਲਦਾ ਹੈ ਕਿ ਕਿਵੇਂ ਗੁਰੂ ਸਾਹਿਬ ਨੇ ਚਮਕੌਰ ਦੀ ਗੜੀ 'ਚ ਭਾਈ ਸੰਗਤ ਸਿੰਘ ਨੂੰ ਆਪਣਾ ਬਾਣਾ ਦਸਤਾਰ 'ਤੇ ਕਲਗੀ ਸਜਾ ਕੇ ਦੁਸ਼ਮਣਾਂ ਨੂੰ ਭੁਲੇਖਾ ਪਾਇਆ ਸੀ। ਇਵੇਂ ਹੀ ਇੱਥੇ ਵੀ ਜ਼ਿਕਰ ਮਿਲਦਾ ਹੈ ਕਿ ਗੁਰੂ ਸਾਹਿਬ ਨੇ ਆਪਣਾ ਬਾਣਾ ਭਾਈ ਉਦੇ ਸਿੰਘ ਨੂੰ ਪਹਿਨਾਇਆ ਹੋਇਆ ਸੀ। ਤਾਂ ਮੁਗਲ ਇਹੀ ਸਮਝਦੇ ਰਹੇ ਕਿ ਗੁਰੂ ਗੋਬਿੰਦ ਸਿੰਘ ਨਾਲ ਹੀ ਸਾਡੀ ਜੰਗ ਹੋ ਰਹੀ ਆ। ਹਮਲਾ ਉਹਨਾਂ ਨੇ ਹੋਰ ਤੇਜ਼ ਕਰ ਦਿੱਤਾ। ਭਾਈ ਉਦੇ ਸਿੰਘ ਦੀ ਫਿਰ ਇੱਥੇ ਸ਼ਹਾਦਤ ਹੋ ਜਾਂਦੀ ਹੈ। ਬੜੇ ਖੁਸ਼ ਹੋ ਜਾਂਦੇ ਨੇ ਮੁਗਲ ਕਿ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰ ਦਿੱਤਾ ਹੈ। ਜਸ਼ਨ ਮਨਾਉਣ ਲੱਗ ਜਾਂਦੇ ਨੇ। ਥੋੜ੍ਹੇ ਸਮੇਂ ਬਾਅਦ ਹੀ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਇਹ ਤਾਂ ਕੋਈ ਹੋਰ ਸਿੰਘ ਹੈ। ਜਦੋਂ ਨੂੰ ਮੁਗਲਾਂ ਦੀਆਂ ਅੱਖਾਂ ਖੁੱਲਦੀਆਂ ਨੇ, ਉਦੋਂ ਨੂੰ ਗੁਰੂ ਸਾਹਿਬ ਦਾ ਕਾਫਲਾ ਸਰਸਾ ਨਦੀ ਦੇ ਕਿਨਾਰੇ ਤੱਕ ਪਹੁੰਚ ਚੁੱਕਿਆ ਹੁੰਦਾ ਹੈ। ਪਰ ਇੱਥੇ ਹੋਰ ਵੀ ਜਿਹੜੇ ਯੋਧੇ ਜਰਨੈਲ ਨੇ ਉਹਨਾਂ ਨੂੰ ਯਾਦ ਕਰਨਾ ਵੀ ਬਣਦਾ ਹੈ। ਭਾਈ ਬਚਿੱਤਰ ਸਿੰਘ ਜੀ, ਨਾਗਣੀ ਮਾਰ ਕੇ ਉਹ ਹੰਕਾਰੀ ਹਾਥੀ ਦਾ ਸਿਰ ਪਾੜਨ ਵਾਲੇ ਭਾਈ ਬਚਿੱਤਰ ਸਿੰਘ, ਉਹਨਾਂ ਨੇ ਵੀ ਬਹੁਤ ਗਹਿ ਗੱਚ ਲੜਾਈ ਲੜੀ ਇੱਥੇ ਅਤੇ ਸ਼ਹੀਦੀ ਪ੍ਰਾਪਤ ਕੀਤੀ। ਬੀਬੀ ਭਿੱਖਾਂ, ਸਿੱਖ ਕੌਮ ਦੀ ਪਹਿਲੀ ਸ਼ਹੀਦ ਬੀਬੀ, ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਇਹ ਖਬਰ ਮਿਲੀ ਸੀ ਕਿ ਆਨੰਦਪੁਰ ਨੂੰ ਘੇਰਾ ਪੈ ਰਿਹਾ ਹੈ, ਉਦੋਂ ਗੁਰੂ ਸਾਹਿਬ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਜਿੰਨੇ ਵੀ ਪਰਿਵਾਰਾਂ ਵਾਲੇ ਵੱਸਦੇ ਨੇ ਆਨੰਦਪੁਰ 'ਚ, ਉਹ ਆਨੰਦਪੁਰ ਛੱਡ ਕੇ ਚਲੇ ਜਾਓ, ਕਿ ਮੈਂ ਨਹੀਂ ਚਾਹੁੰਦਾ ਮੇਰੇ ਕਰਕੇ ਤੁਹਾਡੇ ਪਰਿਵਾਰਾਂ 'ਤੇ ਕੋਈ ਵੀ ਮੁਸੀਬਤ ਆਵੇ। ਦੇਖੋ ਕਿੰਨਾ ਦਰਿਆ ਵਰਗਾ ਦਿਲ ਹੈ ਗੁਰੂ ਗੋਬਿੰਦ ਸਿੰਘ ਜੀ ਦਾ। ਆਪਣੇ ਪਰਿਵਾਰ ਨੂੰ ਸੇਫ ਨਹੀਂ ਕੀਤਾ, ਆਪਣੇ ਛੋਟੇ ਛੋਟੇ ਬੱਚੇ ਅਤੇ ਇੱਕ ਬਜ਼ੁਰਗ ਮਾਤਾ, ਗੁਰੂ ਸਾਹਿਬ ਦਾ ਪੂਰਾ ਪਰਿਵਾਰ ਉਹ 8 ਮਹੀਨਿਆਂ ਦੇ ਘੇਰੇ ਦੌਰਾਨ ਆਨੰਦਪੁਰ ਦੇ ਕਿਲ੍ਹੇ 'ਚ ਮੌਜੂਦ ਸੀ। ਜਦੋਂ ਰਾਸ਼ਨ ਮੁੱਕ ਗਿਆ ਸੀ, ਜਦੋਂ ਪਾਣੀ ਦੀ ਇੱਕ ਬੂੰਦ ਨੂੰ ਵੀ ਤਰਸ ਰਹੇ ਸੀ ਸਿੰਘ, ਸੋਚ ਕੇ ਦੇਖੋ ਛੋਟੇ ਸਾਹਿਬਜ਼ਾਦੇ ਵੀ ਉੱਥੇ ਮੌਜੂਦ ਸੀ। ਹੋ ਸਕਦਾ ਕਿੰਨੇ ਹੀ ਦਿਨ ਉਹਨਾਂ ਨੇ ਕੁਛ ਨਾ ਖਾਧਾ ਹੋਵੇ। ਅਤੇ ਉਹੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਕਹਿ ਰਹੇ ਨੇ ਕਿ ਪਰਿਵਾਰਾਂ ਵਾਲੇ ਆਨੰਦਪੁਰ ਨਗਰ ਛੱਡ ਕੇ ਚਲੇ ਜਾਓ, ਮੈਂ ਨਹੀਂ ਚਾਹੁੰਦਾ ਤੁਹਾਡੇ ਪਰਿਵਾਰ ਮੇਰੇ ਕਰਕੇ ਮੁਸੀਬਤ 'ਚ ਆਉਣ। ਤਾਂ ਉਸ ਸਮੇਂ ਬਹੁਤ ਪਰਿਵਾਰ ਗੁਰੂ ਸਾਹਿਬ ਦੇ ਹੁਕਮ ਤੋਂ ਬਾਅਦ ਆਨੰਦਪੁਰ ਛੱਡ ਕੇ ਚਲੇ ਗਏ। ਬੀਬੀ ਭਿੱਖਾਂ ਨੇ ਆਨੰਦਪੁਰ ਛੱਡਣ ਤੋਂ ਮਨਾ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਕੋਲ ਜਦੋਂ ਇਹ ਖਬਰ ਪਹੁੰਚੀ ਤਾਂ ਉਹਨਾਂ ਨੇ ਬੁਲਾਇਆ ਬੀਬੀ ਭਿੱਖਾਂ ਨੂੰ ਕਿ ਅਸੀਂ ਹੁਕਮ ਕੀਤਾ ਹੈ, ਸਭ ਚਲੇ ਗਏ ਨੇ, ਤੁਸੀਂ ਕਿਉਂ ਨਹੀਂ ਜਾ ਰਹੇ? ਤਾਂ ਬੀਬੀ ਭਿੱਖਾਂ ਨੇ ਇੱਥੇ ਇੱਕ ਗੱਲ ਕਹੀ ਸੀ ਕਿ ਗੁਰੂ ਸਾਹਿਬ ਤੁਸੀਂ ਕਿਹਾ ਹੈ ਕਿ ਪਰਿਵਾਰਾਂ ਵਾਲੇ ਚਲੇ ਜਾਓ, ਕਿ ਅਸੀਂ ਕਿਵੇਂ ਜਾਈਏ? ਸਾਡਾ ਪਰਿਵਾਰ ਤਾਂ ਤੁਸੀਂ ਹੀ ਹੋ, ਜਦ ਤੁਸੀਂ ਇੱਥੇ ਰਹੋਗੇ ਤਾਂ ਅਸੀਂ ਵੀ ਤੁਹਾਡੇ ਨਾਲ ਹੀ ਕਿਲ੍ਹੇ 'ਚ ਰਵਾਂਗੇ। ਬੀਬੀ ਭਿੱਖਾਂ ਦਾ ਪਤੀ ਭਾਈ ਆਲਮ ਸਿੰਘ ਨੱਚਣਾ, ਬੀਬੀ ਭਿੱਖਾਂ ਹੁਣ ਕੌਣ ਹੈ? ਭਾਈ ਬੱਜਰ ਸਿੰਘ ਦੀ ਬੇਟੀ, ਭਾਈ ਬੱਜਰ ਸਿੰਘ ਜਿਨ੍ਹਾਂ ਨੇ ਗੱਤਕਾ ਦੀ ਸਿਖਲਾਈ ਦਿੱਤੀ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ।
गुरु गोबिंद सिंह जी दे शस्त्र सिखलाई दे गुरु उन्हां दी बेटी बीबी भिखां ओ सिख कौम दी सिख इतिहास दी पहली शहीद बीबी गुरु साहिब दे परिवार नू सुरक्षित करदी ते गुरु साहिब दे सिंघां नू सुरक्षित करदी सरसा नदी दी उस जंग च शहीद होई। भाई उदय सिंह, बीबी भिखां, भाई बचित्र सिंह, भाई जीवन सिंह, अनेकां ही शहीद जिन्हां ने अपनियां शहादतां दित्तियां। छे पोह दी रात नू गुरु साहिब ने आनंदपुर दा किला छड्डिया, पूरी रात सफ़र करदे रहे। जद सरसा नदी दे किनारे पहुँचे तां सत पोह दी सवेर हो चुकी सी। ਉਹ ਪੂਰੀ ਰਾਤ ਦਾ ਸਫ਼ਰ ਉਹ ਨਿੱਕੇ ਨਿੱਕੇ ਪੈਰਾਂ ਨੇ ਵੀ ਚੱਲੇ ਹੋਣਗੇ, ਉਹ ਥੱਕੇ ਹੋਣਗੇ। ਪੁੱਛਿਆ ਹੋਣਾ ਆਪਣੀ ਦਾਦੀ ਮਾਂ ਨੂੰ ਕਿ ਅਸੀਂ ਕਿੱਥੇ ਚੱਲੇ ਹਾਂ, ਪਰ ਮਾਤਾ ਗੁਜਰੀ ਦਾ ਜਵਾਬ ਉਸੇ ਹੀ ਰਾਤ ਦੇ ਹਨੇਰੇ 'ਚ ਕਿਤੇ ਗੁੰਮ ਹੋ ਗਿਆ ਹੋਣਾ, ਸਾਡੇ ਤੱਕ ਪਹੁੰਚਿਆ ਹੀ ਨਹੀਂ। ਕੀ ਗੱਲਬਾਤ ਹੋਈ ਉਹ ਛੋਟੇ ਸਾਹਿਬਜ਼ਾਦਿਆਂ ਦੀ, ਗੁਰੂ ਸਾਹਿਬ ਦੀਆਂ ਅੱਖਾਂ ਦੇ ਤਾਰਿਆਂ ਦੀ ਕੀ ਗੱਲਬਾਤ ਹੋਈ ਆਪਣੀ ਦਾਦੀ ਨਾਲ, ਕਦੋਂ ਉਹਨਾਂ ਨੇ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਨੂੰ ਆਖਰੀ ਵਾਰ ਤੱਕਿਆ ਹੋਣਾ, ਕਿਵੇਂ ਉਹ ਸਰਸਾ ਨਦੀ ਦੇ ਕਿਨਾਰੇ 'ਤੇ ਭਰਾਵਾਂ ਨਾਲੋਂ ਭਰਾ ਵਿਛੜ ਗਏ। ਉਹ ਜਵਾਨ ਸਾਹਿਬਜ਼ਾਦਾ ਅਜੀਤ ਸਿੰਘ, ਉਹਦੇ ਛੋਟੇ ਛੋਟੇ ਭਰਾ ਜਿਨ੍ਹਾਂ ਨੂੰ ਉਹ ਜਾਨ ਤੋਂ ਵੀ ਵੱਧ ਪਿਆਰ ਕਰਦੇ ਹੋਣਗੇ, ਸਰਸਾ ਨਦੀ ਦੇ ਵਿਛੋੜੇ ਤੋਂ ਬਾਅਦ ਉਹਨਾਂ ਨੂੰ ਕਦੇ ਨਹੀਂ ਦੇਖ ਪਾਏ। ਗੁਰੂ ਗੋਬਿੰਦ ਸਿੰਘ ਆਪਣੀ ਮਾਤਾ ਗੁਜਰ ਕੌਰ ਅਤੇ ਆਪਣੇ ਛੋਟੇ ਸਾਹਿਬਜ਼ਾਦਿਆਂ ਨੂੰ ਉਸ ਤੋਂ ਬਾਅਦ ਕਦੇ ਵੀ ਨਹੀਂ ਦੇਖ ਪਾਏ। ਸੱਤ ਪੋਹ ਦੀ ਸਵੇਰ ਚੜਾਈ ਹੈ, ਕਹਿਣ ਨੂੰ ਸਵੇਰ ਹੈ ਪਰ ਸੂਰਜ ਅਸਤ ਹੋ ਰਿਹਾ ਸੀ ਉਸ ਦਿਨ। ਅੱਗੇ ਸਰਸਾ ਨਦੀ ਛੱਲਾਂ ਮਾਰ ਰਹੀ ਹੈ, ਪਿੱਛੋਂ ਮੁਗਲਾਂ ਦੀਆਂ ਗੋਲੀਆਂ ਚੱਲ ਰਹੀਆਂ ਨੇ, ਪਰ ਇਤਿਹਾਸਕਾਰ ਲਿਖਦੇ ਨੇ ਕਿ ਸੱਤ ਪੋਹ ਦੀ ਉਸ ਸਵੇਰ ਨੂੰ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਸਰਸਾ ਨਦੀ ਦੇ ਕਿਨਾਰੇ 'ਤੇ ਆਸਾ ਦੀ ਵਾਰ ਦਾ ਕੀਰਤਨ ਕੀਤਾ। ਗੁਰੂ ਸਾਹਿਬ ਸਰਸਾ ਨਦੀ ਦੇ ਕਿਨਾਰੇ ਉਸ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰ ਰਹੇ ਨੇ, ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਹੈ ਅਤੇ ਪਿੱਛੇ ਗੁਰੂ ਸਾਹਿਬ ਦੇ ਜਰਨੈਲ ਯੋਧੇ ਗੋਲੀਆਂ ਨਾਲ, ਤੀਰਾਂ ਨਾਲ, ਤਲਵਾਰਾਂ ਨਾਲ ਮੁਗਲਾਂ ਦੇ ਰਾਹ ਰੋਕ ਰਹੇ ਨੇ। ਇੱਥੇ ਫਿਰ ਗੁਰੂ ਸਾਹਿਬ ਨੇ ਇੱਕ ਫੈਸਲਾ ਲਿਆ ਕਿ ਹੁਣ ਸਰਸਾ ਨਦੀ ਪਾਰ ਕਰੀ ਜਾਏਗੀ। ਇਸ ਸਮੇਂ ਗੁਰੂ ਸਾਹਿਬ ਨਾਲ ਤਕਰੀਬਨ 300 ਤੋਂ 400 ਸਿੰਘ ਨੇ, ਤਿੰਨ ਜਥੇ ਇੱਥੇ ਗੁਰੂ ਸਾਹਿਬ ਨੇ ਫਿਰ ਵੰਡ ਦਿੱਤੇ ਸੀ। ਤਕਰੀਬਨ 200 ਤੋਂ 250 ਸਿੰਘ ਮੁਗਲਾਂ ਦਾ ਰਾਹ ਰੋਕਣ ਲਈ ਉੱਥੇ ਹੀ ਡਟ ਗਏ। ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਨੂੰ ਭਾਈ ਮਨੀ ਸਿੰਘ ਜੀ ਦੀ ਅਗਵਾਈ ਹੇਠ ਗੁਰੂ ਸਾਹਿਬ ਨੇ ਦਿੱਲੀ ਚਾਲੇ ਪਾਉਣ ਲਈ ਹੁਕਮ ਕੀਤਾ। ਅਸੀਂ ਆਪਣੇ ਚਾਰੋਂ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਅਤੇ ਆਪਣੇ ਬਾਕੀ ਸਿੰਘਾਂ ਨਾਲ ਸਰਸਾ ਨਦੀ ਪਾਰ ਕਰਾਂਗੇ। ਪਰ ਸਰਸਾ ਨਦੀ ਪਾਰ ਕਰਨਾ ਕੋਈ ਸੌਖੀ ਗੱਲ ਨਹੀਂ ਸੀ। ਉਸ ਦਿਨ ਮੁਗਲਾਂ ਪਹਾੜੀ ਰਾਜਿਆਂ ਅਤੇ ਰੰਗਣਾਂ ਦੇ ਨਾਲ ਨਾਲ ਸਰਸਾ ਵੀ ਵੈਰਣ ਬਣੀ ਹੋਈ ਸੀ। ਪਤਾ ਹੀ ਨਹੀਂ ਕਿੰਨੇ ਕੁ ਸਿੰਘ ਸਰਸਾ ਨਦੀ ਦੇ ਉਹ ਵਹਿਣ 'ਚ ਵਹਿ ਗਏ, ਪੱਥਰਾਂ ਨਾਲ ਟਕਰਾ ਟਕਰਾ ਕੇ ਕਿੰਨੇ ਹੀ ਸਿੰਘ, ਬੀਬੀਆਂ, ਬੱਚੇ, ਬਜ਼ੁਰਗ ਸ਼ਹੀਦੀਆਂ ਪਾ ਗਏ। ਕਿੰਨਾ ਹੀ ਗੁਰੂ ਸਾਹਿਬ ਦਾ ਇਤਿਹਾਸ, ਕਿੰਨਾ ਹੀ ਬੇਸ਼ਕੀਮਤੀ ਅਤੇ ਅਨਮੋਲ ਖਜ਼ਾਨਾ ਉਸ ਦਿਨ ਸਰਸਾ ਨਦੀ ਆਪਣੇ ਨਾਲ ਹੀ ਵਹਾ ਕੇ ਲੈ ਗਈ। ਸਰਸਾ ਨਦੀ ਪਾਰ ਕਰਦਿਆਂ ਗੁਰੂ ਸਾਹਿਬ ਦੇ ਪਰਿਵਾਰ ਦਾ ਫਿਰ ਵਿਛੋੜਾ ਪੈ ਜਾਂਦਾ ਹੈ। ਨਦੀ ਦੀਆਂ ਛੱਲਾਂ ਨੇ ਪਰਿਵਾਰ ਨੂੰ ਮਿੰਟਾਂ ਸਕਿੰਟਾਂ 'ਚ ਹੀ ਦੂਰ ਦੂਰ ਕਰ ਦਿੱਤਾ।
ਇੱਕ ਪੁੱਤ ਆਪਣੀ ਮਾਂ ਤੋਂ ਦੂਰ ਹੋ ਗਿਆ, ਇੱਕ ਪਿਤਾ ਦੇ ਪੁੱਤਰ ਉਸ ਤੋਂ ਦੂਰ ਹੋ ਗਏ, ਭਰਾਵਾਂ ਨਾਲੋਂ ਭਰਾ ਵਿਛੜ ਗਏ। ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਅੱਜ ਤੋਂ ਬਾਅਦ ਇਹ ਪਰਿਵਾਰ ਇੱਕ ਦੂਜੇ ਨੂੰ ਦੇਖ ਹੀ ਨਹੀਂ ਪਾਏਗਾ। ਉਹ ਛੋਟੇ ਛੋਟੇ ਬੱਚੇ ਸਰਸਾ ਨਦੀ ਕਿਵੇਂ ਉਹਨਾਂ ਨੇ ਪਾਰ ਕੀਤੀ ਹੋਣੀ ਆ, ਸੋਚਦਿਆਂ ਹੀ ਪੂਰਾ ਸਰੀਰ ਕੰਬ ਉੱਠਦਾ ਹੈ। ਕਿਵੇਂ ਉਹ ਛੱਲਾਂ ਦੀ ਲਪੇਟ 'ਚ ਆਉਣ ਤੋਂ ਬਾਅਦ ਜਦ ਉਹ ਕਿਨਾਰੇ 'ਤੇ ਪਹੁੰਚੇ ਹੋਣਗੇ, ਕੀ ਹਾਲ ਹੋਏਗਾ ਉਹਨਾਂ ਦਾ। ਕਿਵੇਂ ਉਹ ਬਜ਼ੁਰਗ ਮਾਤਾ ਗੁਜਰ ਕੌਰ ਨੇ ਕਿਵੇਂ ਸੰਭਾਲੇ ਹੋਣਗੇ ਛੋਟੇ ਸਾਹਿਬਜ਼ਾਦੇ। ਕਿਵੇਂ ਉਹ ਵੱਡਾ ਵੀਰ ਅਜੀਤ ਸਿੰਘ ਆਪਣੇ ਛੋਟੇ ਭਰਾਵਾਂ ਨੂੰ ਦੇਖਦਾ ਹੋਏਗਾ ਕਿ ਕਿੱਥੇ ਨੇ ਮੇਰੇ ਛੋਟੇ ਵੀਰ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ। ਪਰ ਡੈਣ ਸਰਸਾ ਸਭ ਨੂੰ ਦੂਰ ਦੂਰ ਕਰ ਚੁੱਕੀ ਸੀ। ਨਾ ਕਿਸੇ ਪੁੱਤ ਨੂੰ ਆਪਣੀ ਮਾਂ ਲੱਭੀ, ਨਾ ਕਿਸੇ ਵੀਰ ਨੂੰ ਆਪਣੇ ਵੀਰ ਲੱਭੇ। ਗੁਰੂ ਸਾਹਿਬ ਵੱਡੇ ਸਾਹਿਬਜ਼ਾਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਅਤੇ 40 ਸਿੱਖਾਂ ਦੇ ਨਾਲ ਉੱਥੋਂ ਅੱਗੇ ਚਲੇ ਗਏ। ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਅਲੱਗ ਰਸਤੇ ਚਲੇ ਗਏ। ਗੁਰੂ ਸਾਹਿਬ ਦਾ ਪਰਿਵਾਰ ਤਿੰਨ ਹਿੱਸਿਆਂ 'ਚ ਵੰਡਿਆ ਗਿਆ। ਇਸ ਤੋਂ ਅੱਗੇ ਕੀ ਹੋਏਗਾ ਉਹ ਤੁਹਾਨੂੰ ਹੁਣ ਅਗਲੀ ਵੀਡੀਓ 'ਚ ਆਪਾਂ ਦੱਸਾਂਗੇ ਕਿ ਕਿਵੇਂ ਗੁਰੂ ਸਾਹਿਬ ਨੇ ਸਰਸਾ ਨਦੀ ਪਾਰ ਕਰਨ ਤੋਂ ਬਾਅਦ ਪਹਿਲੀ ਰਾਤ ਕਿੱਥੇ ਬਿਤਾਈ, ਚਮਕੌਰ ਦੀ ਗੜੀ ਕਿਵੇਂ ਪਹੁੰਚੇ ਅਤੇ ਚਮਕੌਰ ਦੀ ਗੜੀ 'ਚ ਕੀ ਹੋਇਆ, ਸਾਹਿਬਜ਼ਾਦਾ ਅਜੀਤ ਸਿੰਘ ਦੀ ਸ਼ਹਾਦਤ ਕਿਵੇਂ ਹੋਈ, ਸਾਹਿਬਜ਼ਾਦਾ ਜੁਝਾਰ ਸਿੰਘ ਕਿਵੇਂ ਜੂਝਦੇ ਹੋਏ ਸ਼ਹਾਦਤਾਂ ਦਾ ਜਾਮ ਪੀ ਗਏ, ਕਿਵੇਂ ਗੰਗੂ ਪਾਪੀ ਬੇਈਮਾਨੀਆਂ ਕਰ ਕਰਕੇ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਲੈ ਕੇ ਗਿਆ, ਅਤੇ ਕਿਵੇਂ ਉਸ ਤੋਂ ਬਾਅਦ ਕੋਤਵਾਲੀ 'ਚ ਗੁਰੂ ਗੋਬਿੰਦ ਸਿੰਘ ਜੀ ਦੇ ਅੱਖਾਂ ਦੇ ਤਾਰਿਆਂ ਨੂੰ ਭੁੱਖੇ ਪਿਆਸੇ ਰੱਖਿਆ ਗਿਆ, ਕਿਵੇਂ ਉਹ ਪਾਪੀ ਵਜ਼ੀਦ ਖਾਨ ਨੇ ਉਹ ਛੋਟੀਆਂ ਛੋਟੀਆਂ ਕਰੁੰਬਲਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ। ਸਰਹੰਦ ਦੀ ਉਹ ਦੀਵਾਰ 'ਚ ਚਿੰਨ ਤੋਂ ਬਾਅਦ ਕੀ ਹੋਇਆ ਸੀ, ਕੀ ਲਿਖਦੇ ਨੇ ਇਤਿਹਾਸਕਾਰ। ਸ਼ਹਾਦਤ ਸਫ਼ਰ ਦਾ ਪੂਰਾ ਬਿਰਤਾਂਤ ਡਿਟੇਲ 'ਚ ਤੁਹਾਡੇ ਨਾਲ ਸਾਂਝਾ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ। ਹੁਣ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸਰਸਾ ਨਦੀ ਦੇ ਕਿਨਾਰੇ, ਜਿੱਥੇ ਗੁਰੂ ਸਾਹਿਬ ਦਾ ਪਰਿਵਾਰ ਵਿਛੜਿਆ। ਖੁਦਾਈ ਵੇਲੇ ਉੱਥੋਂ ਜੋ ਪੁਰਾਤਨ ਸ਼ਸਤਰ ਅਤੇ ਸਮਾਨ ਮਿਲਿਆ ਹੈ, ਦਰਸ਼ਨ ਕਰਾਂਗੇ ਹੁਣ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਾਂ ਨਾਲ ਸੰਬੰਧਿਤ ਉਹਨਾਂ ਸ਼ਸਤਰਾਂ ਦੇ ਜਿਨ੍ਹਾਂ ਨੇ ਆਪਣੇ ਅੱਖੀਂ ਇਹ ਸਭ ਮੰਜ਼ਰ ਵੇਖਿਆ ਹੈ। ਸਰਸਾ ਨਦੀ ਦੀ ਉਹ ਜੰਗ ਵੇਖੀ, ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੜਦਿਆਂ ਦੇਖਿਆ, ਇਹ ਖੰਡਾ ਗਵਾਹੀ ਭਰਦਾ ਹੈ ਕਿ ਉਹ ਔਖੇ ਸਮੇਂ 'ਚ ਗੁਰੂ ਸਾਹਿਬ ਦੇ ਸਿੰਘ ਕਿਵੇਂ ਚੜ੍ਹਦੀ ਕਲਾ 'ਚ ਰਹੇ ਹੋਣਗੇ। ਇਹ ਕਿਰਪਾਨ ਉਸ ਸਮੇਂ ਦੀ ਗਵਾਹ ਹੈ, ਇਹ ਗੜਵੇ ਅਤੇ ਇਹ ਪਵਿੱਤਰ ਸਮਾਨ ਗੁਰੂ ਸਾਹਿਬ ਦੇ ਪਰਿਵਾਰ ਵਿਛੋੜੇ ਦੀ ਅਤੇ ਗੁਰੂ ਸਾਹਿਬ ਦੇ ਸਿੰਘਾਂ ਦੀ ਉਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਸਰਸਾ ਨਦੀ ਦਾ ਕਹਿਰ ਜਦ ਵਰਤਿਆ ਸੀ, ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਜਦ ਵੰਡਿਆ ਗਿਆ ਸੀ, ਵੱਡੇ ਸਾਹਿਬਜ਼ਾਦਿਆਂ ਨਾਲੋਂ ਛੋਟੇ ਸਾਹਿਬਜ਼ਾਦੇ ਅੱਡ ਹੋ ਗਏ ਸੀ, ਇਹ ਉਸ ਵੇਲੇ ਦਾ ਸਮਾਨ ਹੈ। ਪਤਾ ਹੀ ਨਹੀਂ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਹੋਰ ਕਿੰਨਾ ਹੀ ਅਨਮੋਲ ਖਜ਼ਾਨਾ ਇਹ ਧਰਤੀ ਆਪਣੀ ਗੋਦ 'ਚ ਸਮਾਈ ਬੈਠੀ ਹੈ ਜੋ ਸਾਡੇ ਤੱਕ ਪਹੁੰਚ ਹੀ ਨਹੀਂ ਪਾਇਆ। ਬਹੁਤ ਭਾਗਾਂ ਵਾਲੇ ਹਾਂ ਆਪਾਂ ਜੋ ਗੁਰੂ ਸਾਹਿਬ ਦੇ ਵੇਲਿਆਂ ਦੇ ਇਸ ਖਜ਼ਾਨੇ ਦੇ ਦਰਸ਼ਨ ਕਰ ਰਹੇ ਹਾਂ। ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦੀ ਉਸਾਰੀ ਵੇਲੇ ਜਦ ਖੁਦਾਈ ਹੋਈ ਸੀ ਤਾਂ ਉਸ ਵੇਲੇ
ਇਹ ਪੁਰਾਤਨ ਸ਼ਸਤਰ ਤੇ ਇਹ ਅਨਮੋਲ ਖਜ਼ਾਨਾ ਧਰਤੀ ਚੋਂ ਨਿਕਲਿਆ ਸੀ। ਇਹ ਖੰਡਾ ਜਿਸ ਦੇ ਆਪਾਂ ਦਰਸ਼ਨ ਕਰ ਰਹੇ ਹਾਂ, ਇਹ ਗੁਰੂ ਸਾਹਿਬ ਦੇ ਹੀ ਕਿਸੇ ਸਿੰਘ ਨੇ ਆਪਣੇ ਹੱਥ 'ਚ ਫੜਿਆ ਹੋਣਾ ਹੈ। ਇਸ ਨੇ ਸਰਸਾ ਨਦੀ ਦਾ ਉਹ ਕਹਿਰ ਵੇਖਿਆ ਹੋਣਾ, ਇਸਨੇ ਦੇਖਿਆ ਹੋਣਾ ਕਿ ਔਖੇ ਸਮਿਆਂ 'ਚ ਕਿਵੇਂ ਗੁਰੂ ਸਾਹਿਬ ਦੇ ਸਿੰਘ ਜੂਝ ਕੇ ਲੜੇ। ਇਹ ਕਿਰਪਾਨ ਜੋ ਦੱਸਦੀ ਹੈ ਕਿ ਉਹ ਔਖੀ ਘੜੀ 'ਚ ਸਿੰਘਾਂ ਨੇ ਕਿਵੇਂ ਮੁਗਲਾਂ ਦੇ ਰਾਹ ਰੋਕੇ। ਗੁਰੂ ਸਾਹਿਬ ਦੇ ਕਿਸੇ ਸਿੰਘ ਕੋਲ ਫੜੀ ਹੋਣੀ ਆ ਇਹ ਕਿਰਪਾਨ, ਅਤੇ ਪਤਾ ਹੀ ਨਹੀਂ ਕਿੰਨੇ ਕੁ ਮੁਗਲਾਂ ਦੇ ਗਾਟੇ ਲਾਹੇ ਹੋਣੇ ਨੇ ਇਸ ਕਿਰਪਾਨ ਨਾਲ। ਇਹ ਗੜਬਾ ਜਿਸ ਦੇ ਤੁਸੀਂ ਦਰਸ਼ਨ ਕਰ ਰਹੇ ਹੋ, ਕਿਸੇ ਮਾਈ ਭਾਈ ਦੇ ਹੱਥ 'ਚ ਫੜਿਆ ਹੋਣਾ ਹੈ ਗੜਬਾ। ਇਹ ਗੜਬੇ ਦੇ ਅੰਦਰ ਪਏ ਪਾਣੀ ਨੇ ਕਿਸੇ ਸਿੰਘ ਦੀ ਪਿਆਸ ਬੁਝਾਈ ਹੋਣੀ ਆ। ਇੱਕ ਪਾਸੇ ਸਰਸਾ ਨਦੀ ਦਾ ਪਾਣੀ ਸੀ ਜੋ ਗੁਰੂ ਸਾਹਿਬ ਦੇ ਪਰਿਵਾਰ ਅਤੇ ਸਿੰਘਾਂ ਦਾ ਵੈਰੀ ਬਣ ਗਿਆ ਸੀ ਉਸ ਦਿਨ, ਅਤੇ ਇੱਕ ਪਾਸੇ ਹੋ ਸਕਦਾ ਇਸ ਗੜਬੇ 'ਚ ਪਏ ਪਾਣੀ ਨੇ ਸਾਹਿਬਜ਼ਾਦਿਆਂ ਦੀ ਪਿਆਸ ਬੁਝਾਈ ਹੋਵੇ। ਉਹ ਭੁੱਖੇ ਪਿਆਸੇ ਸਾਹਿਬਜ਼ਾਦੇ 6 ਪੋਹ ਦੀ ਪੂਰੀ ਰਾਤ ਨੂੰ ਜਿਹੜੇ ਸੁੱਤੇ ਨਹੀਂ, ਮਾਤਾ ਗੁਜਰੀ ਨੇ ਹੋ ਸਕਦਾ ਇਹਨਾਂ ਹੀ ਗੜਬਿਆਂ 'ਚੋਂ ਸਾਹਿਬਜ਼ਾਦਿਆਂ ਨੂੰ ਜਲ ਛਕਾਇਆ ਹੋਵੇ। ਇਹ ਉਹ ਅਨਮੋਲ ਖਜ਼ਾਨਾ ਹੈ ਜਿਸ ਦੇ ਦਰਸ਼ਨ ਕਰਕੇ ਹੀ ਅਸੀਂ ਭਾਵੁਕ ਹੋ ਰਹੇ ਹਾਂ। ਇਸ ਪੁਰਾਤਨ ਖਜ਼ਾਨੇ ਨੇ ਆਪਣੇ ਅੱਖੀਂ ਕੀ ਕੁਛ ਵੇਖਿਆ ਹੋਏਗਾ। ਇਤਿਹਾਸ ਦੱਸਦੇ ਹਾਂ, ਕੋਈ ਵੀ ਗਲਤੀ ਹੋ ਗਈ ਹੋਵੇ ਤਾਂ ਉਹਦੇ ਲਈ ਅਸੀਂ ਮਾਫ਼ੀ ਚਾਹੁੰਦੇ ਹਾਂ। ਸਿੱਖ ਇਤਿਹਾਸ ਨਾਲ ਜੁੜੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਪੰਜਾਬ ਸਿਆਂ ਦੇ ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ ਨੂੰ ਤੁਸੀਂ ਲਾਈਕ ਅਤੇ ਸਬਸਕ੍ਰਾਈਬ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।